ਇਸ ਫੀਲਡ ਦੇ ਵਿੱਚ ਨਹੀਂ ਨਾ ਕਰਿਆ ਕਰੋ ਐਫਰਟ। ਬਸ ਮੈਂ ਤੈਨੂੰ ਸਹੀ ਦੱਸਾਂ, ਇਹ ਗੱਲ ਉਹ ਕੀਤੀ ਆਪਾਂ ਨੇ ਜਿਹਦੇ ਵਿੱਚ ਤੇਰੇ ਵਿੱਚ ਕੋਈ ਰੋਲਾ ਰੱਖਿਆ ਨਹੀਂ। ਸੁਣੇ ਪਹਿਲੇ ਤੂੰ ਸਾਡੇ ਨਾਲ ਬੜਾ ਰੋਲਾ ਰੱਖਿਆ ਬੜਾ। ਨਹੀਂ ਨਹੀਂ ਨਹੀਂ, ਪਹਿਲੇ ਮੇਰੀ ਗੱਲ ਸੁਣੋ, ਹਲੇ ਵੀ ਅਸੀਂ ਕੋਈ ਇਹਦਾ ਹੱਕ ਇਹਨੂੰ ਦੇ ਰਹੇ ਸੀ। ਉਹ ਜਨਾਬ ਤਿੰਨ ਨਹੀਂ ਕਿਹਾ ਸੀ ਕੀ ਗੱਲ ਕਰ ਰਹੇ ਹੋ? ਜਨਾਬ ਯੇ ਦੇਖੇ ਭਾਈ ਕਿਆ ਹੋਏ 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 ਕਿਆ ਹੋ ਗਿਆ ਕਿਆ ਹੋ ਗਿਆ? ਕੁਛ ਨਹੀਂ ਹੋਇਆ ਬੇ, ਜ਼ਰਾ ਮੰਡੀ ਆ ਰਹੀ ਹੈ ਯਾਰ। ਹੋਏ 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 ਹੋਏ, ਇਹ ਤਾਂ ਤੂਫਾਨ ਹੈ ਜਨਾਬ, ਤੂਫਾਨ ਹੈ ਤੂਫਾਨ ਹੈ। ਅੱਲਾ ਖੈਰ ਕਰੇ, ਅੱਲਾ ਖੈਰ ਕਰੇ, ਅੱਲਾ ਖੈਰ ਕਰੇ, ਅੱਲਾ ਖੈਰ ਕਰੇ ਜਨਾਬ। ਮੇਕਅਪ ਹੋ ਗਿਆ ਮਾਰਾ, ਮੇਕਅਪ ਹੋ ਗਿਆ ਪੂਰਾ ਮੇਕਅਪ। ਨਦੀਮ ਭਾਈ ਤੂੰ ਛੱਡ ਦੇ ਯਾਰ, ਤੂੰ ਛੱਡ ਦੇ ਯਾਰ, ਯਾਰ ਨਾ ਕਰ ਯਾਰ, ਨਾ 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 ਬਸ ਨਦੀਮ ਤੂੰ ਕਹਿ, ਤੂੰ ਕਹਿ, ਤੂੰ ਕਹਿ, ਤੂੰ ਕਹਿ ਨਾ ਯਾਰ, ਨਦੀਮ ਭਾਈ ਨਾ ਕਰੋ ਯਾਰ। ਯਾਰ ਅਮਰ ਭਾਈ ਦੀ ਅੱਖਾਂ ਖੁੱਲਣ ਤੇ ਗੱਲ ਕਰੇ ਨਾ, ਉਹ ਅੱਜ ਕੀ ਗੱਲ ਹੈ, ਕੀ ਖਾਦ ਹੈ ਅੱਜ ਮਿੱਟੀ ਕਾਲੋ ਹੋਰ ਕੀ ਹੈ, ਉਹ ਐਵੇਂ ਨੀ ਹੋ ਰਿਹਾ ਪੂਰਾ। ਮੈਂ ਆਪਣਾ ਹਾਲ ਕਦੀ ਐਵੇਂ ਦਾ ਕੀਤਾ ਨੀ, ਮਗਰ ਇਹ ਬੰਦਾ ਖਿਆਲ ਨੀ ਕਰ ਰਿਹਾ ਮਾਰਾ। ਹੋ ਗਈ ਸਾਡੀ ਡੀਲ ਜਾਨ ਕੇ ਨਾ ਚਸਕੇ ਲੈ ਰਿਹਾ ਈ ਉਹ। ਹਾਂ ਬਸ ਕਰ ਬਸ ਕਰ ਯਾਰ, ਪਾਣੀ ਨੀ ਮੰਗਾਇਆ ਦੰਦਰ ਜੀ ਕੀ ਨਦੀਮ ਬਾਈ ਸਲੀਮ ਸਾਹਿਬ ਛੇ ਦਾਂਤ ਮੇ ਜਨਾਬ ਨਦੀਮ ਭਾਈ ਕਿੰਨਾ ਕਿਹਾ? 4,80,000 ਦਾ ਆਖਿਆ ਮੁੱਲ ਇਹਨਾਂ ਨੂੰ, ਆਖਿਆ 6.5 ਕਰਨੇ 5.25 ਕਰੀਏ, ਫਾਇਦਾ ਕੋਈ ਨਹੀਂ, 5 ਦਾ ਲੈ ਜਾਓ ਫਾਇਦਾ ਕੋਈ ਨਹੀਂ। 4,80 ਦਾ ਕਿਹਾ? 4,80 ਦਾ ਆਖਿਆ ਬਾਈ। ਹੁਣ ਨਦੀਮ ਸਾਹਿਬ ਤੁਸੀਂ ਕੀ ਕਿਹਾ, ਕੋਈ ਤੁਸੀਂ ਕਹਿਤਾ ਕੁਛ? ਮੈਂ ਜਦੋਂ 6 ਤੋਂ ਬਾਅਦ ਸੁਣਿਆ ਤੇ ਫਿਰ ਮੈਂ ਪਿੱਛੇ ਹੋ ਗਿਆ। ਭਾਈ ਮੈਂ ਹੁਣ ਤੁਸੀਂ ਕੀ ਕਿਹਾ? ਅਜੇ ਕੁਛ ਵੀ ਨਹੀਂ। ਨਹੀਂ ਪਿੱਛੇ ਹੋਂ ਤੁਮ ਰਾਤ ਕੁਛ ਕਿਹਾ ਹੋਣਾ ਤੇ ਪਿੱਛੇ ਹੋਏ ਹੋ ਨਾ? ਨਹੀਂ ਮੈਂ ਉਹ ਦੰਦਾਂ ਤੋਂ ਪਿੱਛੇ ਹੋ ਗਿਆ ਕਿ ਅਸੀਂ ਹੁਣ ਕੋਈ ਟੈਸੀ ਲੈ ਜਾਈਏ, ਮਾਰ ਕੇ ਦੇਣੀ ਹੈ ਜਵਾਨ ਜਵਾਨ ਸਾਰੇ ਲਈ ਜਾਂਦੇ ਨੇ। ਅਸੀਂ ਤਾਂ ਝੂਠ ਨਹੀਂ ਮਾਰਿਆ, ਇੱਕ ਗੱਲ ਕਰਨੇ ਬਾਈ ਤਾਂ ਦੱਸਿਆ ਨਾ, ਝੂਠ ਤੇ ਨਹੀਂ ਮਾਰਿਆ ਤੁਹਾਨੂੰ, ਅੱਲਾ ਮਾਫੀ ਦੇਵੇ। ਜਾਨਵਰ ਆਖਰ ਮਾਲਕ ਦੇ ਰਾਹ ਤੇ ਇਹਨਾਂ ਨੇ ਵੀ ਤੇ ਹੋਣਾ ਹੀ ਆ ਮਾਸ਼ਾਅੱਲਾ। ਇਹ ਬਾਹਰ ਨਹੀਂ ਬਣਿਆ ਆ ਸੀ, ਅੰਦਰ ਕੀਤਾ, ਅੰਦਰ ਕੀਤਾ ਮਾਸ਼ਾਅੱਲਾ। ਜਾਨਵਰ ਚੀਜ਼ ਅੱਛੀ ਆ ਖੂਬੀ। ਚਲੋ ਨਦੀਮ ਭਾਈ ਮੈਂ ਇਹਨਾਂ ਨੂੰ ਕਹਿ ਦੇਣਾ ਲੈ ਲੈਣ ਤੇ ਤੂੰ ਫਿਰ ਦੇਣ ਵਾਲੀ ਗੱਲ ਕਰ ਲੈ ਫਿਰ। ਚਲੋ ਮੈਂ ਕਹਿ ਦਿਆਂਗਾ ਕਿ ਲੈ ਲੈਣ, ਮੁਸਲਮਾਨੀ ਗੱਲ ਲੱਭ ਜਾਂਦਾ ਨਹੀਂ ਮੋੜਾਂਗਾ ਵੀਰਾਂ ਨੂੰ, ਬਸ ਪੈਸੇ ਲੱਭਦੇ ਹੁਣ ਨਹੀਂ ਮੋੜੇਗਾ, ਨਹੀਂ ਮੋੜਾਂਗਾ ਮੁਸਲਮਾਨੀ ਗੱਲ ਦਾ ਰਿਜ਼ਕ ਖਾਤੇ ਨਹੀਂ ਮੋੜਾਂਗਾ ਬਸ ਇਹਨਾਂ ਵੱਡਾ।
ਫਿਰ ਭਾਈ ਚਾਹਤ ਨਾ ਦਿਆਂਗਾ ਅਗਲੇ ਸਾਲ ਵੀ ਜਿੰਦਾ ਰਿਹਾ ਤੇ ਨਾ ਇੱਥੇ ਆ ਕੇ ਆਣ ਕੇ ਬ੍ਰੇਕ ਨਾ ਲਾਉਣ ਤੇ ਗੱਲ ਕਰੀ ਇਨਸ਼ਾਅੱਲਾ ਬਸ਼ਰਤ ਗੱਲ ਨਹੀਂ ਹੁੰਦੀ ਵਾਹ ਜੀ ਵਾਹ ਸਲੀਮ ਸਾਹਿਬ ਕੀ ਬਾਤ ਹੈ ਮੇਰੇ ਵਾਲ ਸਾਹਿਬ ਦਾ ਨਾਮ ਇਸ ਲਈ ਤੇ ਫਿਰ ਬਸ ਫਿਰ ਭਾਜੀ ਗਿਫਟ ਜੀ ਲੈਣਾ ਹੈ ਗਿਫਟ ਲੈਣਾ ਹੈ ਯਾਨੀ ਕਿ ਬਾਹਰ ਜਾ ਕੇ ਹੱਥ ਲਾ ਕੇ ਹੱਥ ਹੋ ਗਈ ਯਾਰ 3-4 ਦਿਨ ਪਹਿਲਾਂ ਸਾਡੇ ਕੋਲ ਬਾਈ ਆਇਆ ਉਹ ਮੈਂ ਅੱਗੇ ਤੁਹਾਨੂੰ ਗੱਲ ਸੁਣਾਈ ਜੋੜੀ ਰਾਤੀ ਵੇਚੀ ਸੀ ਨਦੀਮ ਨਾਲ ਉਹ ਮੇਰਾ ਵੱਡਾ ਵੀ ਤੇ ਪਿੱਛੇ ਉਹ ਤੁਹਾਡੇ ਛੋਟੇ ਵੀ ਹੋ ਗਏ ਤੇ ਸਾਡਾ ਦੇ ਇਹ ਅਮਰ ਭਾਈ ਸਾਡੇ ਕੋਲ ਵੈਸੇ ਸਾਫ ਸਾਡੇ ਕੋਈ ਇਸ ਲਈ ਜਿਸ ਦਾ ਕਰਮਾਨ ਜੋੜਿਆ ਜਨਾਬ ਦੱਸੋ ਸੁਣਿਓ ਤੁਹਾਡੇ ਨਸੀਬ ਮੇਰੇ ਕੋਲ ਲਿਖੇ ਤੁਸੀਂ ਇਹਦੇ ਮੰਗੋ ਡਿਮਾਂਡ ਕਰੋ ਅੱਛਾ ਇਹ ਬਾਹਰ ਖੋਲੋ ਜ਼ਰਾ ਬਾਹਰ ਖੋਲ ਦਿਓ ਫਿਰ ਆਪਣੇ ਬੱਚੇ ਇਵੇਂ ਸੀਨ ਨੇ ਭਾਵੇਂ ਥੱਲੇ ਤੱਕ ਇਹਨਾਂ ਜਾਨਵਰਾਂ ਦੇ ਵੜ ਜਾਣੀ ਜੇ ਕੋਈ ਇੰਜ ਕਰਕੇ ਲੱਤ ਵੀ ਮਾਰੇਗਾ ਤਾਂ ਵੀ ਜਾਨਵਰ ਇੱਥੇ ਲਿਆ ਕੇ ਬੰਨ ਲੈ ਕੇ ਚਲੋ ਬਾਹਰ ਬਾਹਰ ਕੱਢ ਕੇ ਖੁੱਲਾ ਕਰਕੇ ਲਿਆ ਆਜੋ ਅੱਲਾ ਦੇ ਰਹਿਣਾ ਇਦਾਂ ਦੇ ਆਜੋ ਜਨਾਬ ਨਦੀਮ ਭਾਈ ਚੀਜ਼ਾਂ ਵੇਖ ਤੂੰ ਆਜੋ ਆਜੋ ਲੋ ਭਾਈ ਐ ਸਿੱਧਾ ਕਰਨਾ ਜਨਾਬ ਇੱਧਰ ਲਿਆ ਘਮਾ ਕੇ ਆ ਇਹ ਉੱਤੇ ਲਿਆ ਕੇ ਤੇਰਾ ਖੜਾ ਕਰ ਚੱਲ ਬਾਂਦੇ ਬਾਂਦੇ ਨਾਲ ਹੀ ਉਹਦੇ ਨਾਲ ਸਿੱਧਾ ਬੰਦ ਅੱਛਾ ਹੁਣ ਨਦੀਮ ਦੱਸ ਕੀ ਕਰਨਾ ਕੀ ਸਾਡੇ ਨਾਲ ਜਿਹੜਾ ਪਹਿਲੇ ਵਾਲਾ ਕੰਮ ਕੀਤਾ ਉਹ ਨਹੀਂ ਕਰਨਾ ਉਹ ਤੇ ਤੂੰ ਪੈਸੇ ਸਾਡੇ ਨਾਲ ਸਾਡੇ ਕੋਲ ਤੇ ਬਹੁਤੇ ਲੈ ਗਏ ਹੈ ਨਦੀਮ ਸਾਹਿਬ ਬਿਲਕੁਲ ਅੱਛਾ ਨਦੀਮ ਭਾਈ ਦੱਸੋ ਕੀ ਯਾਰ ਸਹੀ ਗੱਲ ਯਾਰ ਅਸੀਂ ਦੇਖਣਾ ਸਾਨੂੰ ਹੁਣ ਕੋਈ ਇੰਨੇ ਮਿਲ ਜਾਣੇ ਤੁਸੀਂ ਕਹਿੰਦੇ ਯਾਰ 2000 ਸਾਨੂੰ ਘੱਟ ਮਿਲ ਜਾਵੇ ਗੱਲ ਤੇ ਸਲਾਹ ਨਦੀਮ ਭਾਈ ਦਿਓ ਵਾਸ ਮੈਂ ਤਾਂ ਉਹਨੂੰ ਕਹਿੰਦਾ 3.5 ਦੀ ਡਿਮਾਂਡ ਕਰਨ ਤੇ ਅਸੀਂ ਵਾਸ ਦਈਏ ਉਹ ਡਿਮਾਂਡ ਹੀ ਉੱਥੇ ਤੱਕ ਕਰ ਦਿੰਦੇ ਨੇ ਫਿਰ ਅਸੀਂ ਸੋਚੀ ਪੈ ਜਾਂਦੇ ਹਾਂ ਫਿਰ ਉਹ ਬੇਟਾ ਹਾਂਜੀ ਮਗਰ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਨਾ ਉਹਨੇ ਤਗੜੇ ਨੇ ਕਰਨਾ ਹੈਲੋ ਜਨਾਬ ਬਾਕੀ ਗੱਲ ਦੇ ਦੇ ਚਲੋ ਜੀ ਚਲੋ ਫੇਰ ਮੇਰੀ ਗੱਲ ਸੁਣੋ ਇੱਧਰ
ਜਨਵਰੀ ਏਡਾ ਜਿਹੜਾ 5-7 ਲੱਖ ਦੇ ਮਤਲਬ ਜਨਾਬ 3-30 ਦੇ ਫਰੋਗ ਵੈਸੇ 3-30 ਦਿਓ ਨਦੀਮ ਸਾਹਿਬ ਮੈਂ ਉਹਨਾਂ ਨੂੰ ਕਿਤਾ ਨਹੀਂ ਤੂੰ ਹੁਣ ਕੋ ਬਾਲ ਨਹੀਂ ਨਾ ਉਹ ਬਾਲ ਇਹ ਜਿਹੜਾ ਨਾ ਇਹ ਬੱਚਾ ਇਹ ਲਾ ਅਗਰ ਤੁਹਾਡੇ ਕੋਲ ਹੈ ਨਾ ਤੇ ਸਾਡਾ ਵੀ ਬਾਪ ਹੈ ਕਿਉਂਕਿ ਕਾਰੋਬਾਰ ਹਾਂ ਤੁਸੀਂ ਸਾਡੀ ਫੀਲਡ ਵਿੱਚ ਆਓਗੇ ਫਿਰ ਅਸੀਂ ਤੁਹਾਨੂੰ ਅਸੀਂ ਗਾਈਡ ਕਰ ਸਕਦੇ ਇਸ ਫੀਲਡ ਦੇ ਵਿੱਚ ਨਹੀਂ ਨਾ ਕਰਿਆ ਕਰੋ ਐਫਰਟ ਬਿਸਮਿਲਲਾ ਬਸ ਮੈਂ ਤੈਨੂੰ ਸਹੀ ਦੱਸਾਂ ਇਹ ਗੱਲ ਉਹ ਕੀਤੀ ਆਪਾਂ ਨੇ ਜਿਹਦੇ ਵਿੱਚ ਤੇਰੇ ਵਿੱਚ ਕੋਈ ਰੋਲਾ ਰੱਖਿਆ ਨਹੀਂ ਸੁਣਿਆ ਪਹਿਲੇ ਤੂੰ ਸਾਡੇ ਨਾਲ ਬੜਾ ਰੋਲਾ ਰੱਖਿਆ ਬੜਾ ਨਹੀਂ 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 ਪਹਿਲੇ ਮੇਰੀ ਗੱਲ ਸੁਣੋ ਹਲੇ ਵੀ ਅਸੀਂ ਕੋਈ ਇਹਦਾ ਹੱਕ ਇਹਨੂੰ ਦੇ ਰਿਹਾ ਸੀ ਨਦੀਮ ਬਈ ਉਹ ਯਾਰ ਦਰਮਿਆਨੇ ਬੱਚੇ ਨੂੰ ਰਾਜ ਅਸੀਂ ਕਿੱਥੋਂ ਹੋਰ ਆ ਰਹੇ ਹਾਂ ਮੇਰੀ ਗੱਲ ਸੁਣ ਤੇ ਅਸੀਂ ਕਹਿ ਰਹੇ ਕਿ ਉਹ ਬੰਦੇ ਕੋਲ ਪੁੱਛਾ ਲਿੱਤਾ ਹੈ ਉਹ ਯਾਰ ਕਿਹੜੇ ਫਿਰ ਉਹੀ ਗੱਲਾਂ 70-70 ਸਾਡੇ ਕੋਲ ਕੋਈ ਹੈਗੇ ਨਹੀਂ ਹੈ ਅਗਰ 30 ਦੇ ਵਿੱਚ ਮੇਰਾ ਭਰਾ ਸੁਣਿਆ ਗੱਲ ਬਣਦੀ ਹੈ ਤੇ ਬਿਸਮਿਲਲਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਜੀਂਦਾ ਰਿਹਾ ਜ਼ਿੰਦਗੀ ਦੇ ਵਿੱਚ ਤੇ ਨੁਕਸਾਨ ਨੂੰ ਮਿਲੇਗਾ ਜ਼ਰੂਰ ਮੈਂ ਕਹਿੰਦਾ ਕਿ ਤੁਹਾਨੂੰ ਅੱਛੇ ਲੱਗਦਾ ਹੀ ਯਾਦ ਕਰਾਂਗੇ ਕਿਸੇ ਗੱਲ ਦੀ ਚੀਜ਼ ਆਪਣੀ ਕਿਸੇ ਚੀਜ਼ ਵੀ ਤੇ ਜਨਾਬ ਕਹਿੰਦੇ ਨੇ ਕਿ ਜਨਾਬ ਕੋਈ ਉਹ ਨਦੀਮ ਸਾਹਿਬ ਹਲੇ ਵੀ ਕੋਈ ਸੋਚਣ ਵਾਲੀ ਗੱਲ ਏ ਉਹ ਵਾਰੀਆਂ ਲਵਾਈਆਂ ਨੇ ਯਾਰ ਹੁਣ ਮੈਂ ਨਦੀਮ ਨੂੰ ਮੈਂ ਤੁਸੀਂ ਹੁਣ ਸਮਝਦੇ ਪਿਓ ਮੈਂ ਨਦੀਮ ਕਿਹੜੇ ਕਿਹਨੂੰ ਕਹਾਂ ਮੈਂ 330 ਠੀਕ ਹੈ ਓਕੇ ਕਰੋ ਬਸ ਕਰ ਦਿਓ ਵੀਰ ਇਦਾਂ ਨਹੀਂ ਹਕੀਕਤ ਦੇ ਵੱਡੇ ਭਾਈ ਆਪਣਾ ਅਮਨ ਭਾਈ ਫਿਰ ਇਹਨਾਂ ਦੀ ਮਰਜ਼ੀ ਹੈਗੀ ਇਹਨਾਂ ਦੀ ਮਰਜ਼ੀ ਹੈ ਪਹਿਲੇ ਵੀ ਇਹਨਾਂ ਦੀ ਮਰਜ਼ੀ ਮੰਨੀ ਹੈ ਉਹ ਸਾਡੀ ਮੰਨੀ ਹੈ ਦੱਸੋ ਸਾਡੀ ਮੰਨੀ ਹੈ ਸਾਡੀ ਮੰਨੀ ਹੈ ਪਹਿਲੇ ਜੋ ਮੇਰੀ ਮੰਨੀ ਜੀ ਨਹੀਂ ਜੇ ਸਹੀ ਪੁੱਛੋ ਤੇ ਨਹੀਂ 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 ਅੱਲਾਹ ਦਾ ਨਾਮ ਓਏ ਹੋਏ 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 ਓਏ ਲੋਕਾਂ ਨੇ ਤੇ ਸਾਨੂੰ ਪਤਾ ਨਹੀਂ ਕੀ ਕਹਿਣਾ ਹੈਗਾ ਜਿਹੜਾ ਕਹੇਗਾ ਉਹਨੂੰ ਮੇਰੇ ਕੋਲ ਲੈ ਆਇਓ ਓਏ ਉਹ ਫਿਰ ਤੁਹਾਡੇ ਕੋਲ ਕਹਿਣ ਲਵਾਈਏ ਨੰਬਰ ਮੇਰਾ ਨਾਲ ਲੈ ਆਇਓ ਓਏ ਅੱਛਾ ਯਾਰ ਜਾਂ ਨਦੀਮ ਯਾਰ ਦੇ ਐ ਹੁਣ ਅੱਛਾ ਮੇਰੀ ਗੱਲ ਸੁਣ ਲਾ ਉਧਰ 6:30 ਹੋ ਗਿਆ ਤੇ 3:30 ਹੋ ਗਏ ਕਿੰਨੇ ਪੈਸੇ ਹੋ ਗਏ 6 ਤੇ 3 9 9 ਤੇ 30 ਤੇ 3 60 ਸੌਰੀ ਹਾਂ 60 ਹੋ ਗਏ ਕਿੰਨੇ 9 60 9 60 ਬਸ ਕਰ ਉਹ ਬਸ ਕਰ ਸੋਨੇ ਖੈਰ ਏ ਬਸ ਕਰ ਯਾਰ ਬਸ ਸੋਨਿਆ ਓਏ ਸੋਨੇ ਚਲੋ ਕਰ ਲਓ ਜਨਾਬ ਤੁਸੀਂ ਵੀ ਕਰ ਲਓ ਕਰ ਲਓ ਮੈਂ ਸੁਣਨ ਨੂੰ ਤਿਆਰ ਹਾਂ ਨਹੀਂ ਨਹੀਂ ਕਰ ਲਾ ਯਾਰ ਤੂੰ ਵੀ ਆਪਣੀ ਗੱਲ ਕਰ ਲਾ ਕਿੱਥੇ ਐਵੇਂ ਬਾਅਦ ਜੋ ਕੋਈ ਗੱਲ ਨਾ ਰਹਿ ਜਾਵੇ ਵਿੱਚ ਯਾਰ ਮੈਂ ਤਾਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਡਿਲੇ ਕਰ ਦਿਓ ਤੁਸੀਂ ਤੇ ਕਹਿ ਰਹੇ ਹੋ ਜਨਾਬ ਉਹਨਾਂ ਕੋਲ ਇੱਕ ਪਹਿਲੇ ਲਿੱਤਾ ਦੇ ਛੱਡ ਦੇ ਹੈਲੋ ਓਏ ਯਾਰ ਅੱਛਾ ਚੱਲ 35 ਕਰ ਲਾ 35 ਕਰ ਲਾ ਚਲੋ ਤੇਰੀ ਮੌਜ ਹੈਗੀ ਹੈ ਯਾਰ ਘੱਟਾ ਮਿੱਟੀ ਹਵਾ ਵਗੈਰਾ ਬਹੁਤ ਚੱਲ ਰਹੀ ਹੈ ਹਾਂ ਓਏ ਹੋਏ 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 ਅੰਦਰ ਹੀ ਚਲੋ ਜਨਾਬ ਅੰਦਰ ਹੀ ਚਲੋ ਅੰਦਰ ਹੀ ਚਲੋ ਯਾਰ ਨਦੀਮ ਨਾ ਕਰ ਨਾ ਕਰ ਨਾ ਕਰ ਨਾ ਕਰ ਜ਼ਮੀਨ ਸਮਾਨ ਦਾ ਫਰਕ ਹੈ ਉਹ ਫਰਕ ਹੈ ਜ਼ਮੀਨ ਸਮਾਨ ਦਾ ਹੈਲੋ ਹੈਲੋ ਚੱਲ 35 ਸੀ ਨਾ ਮੈਂ ਤੈਨੂੰ 40 ਕਰ ਦਿੰਦਾ ਹੋਰ ਦੱਸ ਦੇ ਜਨਾਬ ਕਰਦਾ ਨਹੀਂ ਨਹੀਂ ਜਨਾਬ ਦੇ ਦਿਓ ਸਾਡਾ ਭਰਾ ਹੈਗਾ ਦੇ ਦਿਓ ਖੁਸ਼ੀ ਨਾਲ
ਖੁਸ਼ੀ ਨਾਲ ਅੱਲਾ ਨਬੀ ਵਾਰਿਸ ਹਾਂ ਚਲੋ ਚਲੋ ਮੈਂ ਵੀ ਖੁਦਾ ਦੀ ਕਸਮ ਹੈ ਮੈਨੂੰ ਨਹੀਂ ਉਹ ਪਤਾ ਹੈਗਾ ਪੱਕਾ ਸਾਨੂੰ ਨਹੀਂ ਇਲਮ ਹੈ ਚੀਜ਼ ਦਾ ਤੇ ਤੂੰ ਸਿਰ ਮਾਰੀ ਜਾ ਤੇ ਵੱਖਰੀ ਗੱਲ ਹੈ ਭਾਈ ਅਸੀਂ ਸਿਰ ਨਹੀਂ ਮਾਰਦੇ ਇਹਨੂੰ ਕਿਹਾ ਕਿੰਨਾ ਅਸੀਂ 340 ਹੁਣ ਬੋਲਦੇ ਨੀ ਹੋ ਤੁਸੀਂ ਵੀ ਹੁਣ ਕੀ ਹੋ ਗਿਆ ਯਾਰ ਨਦੀਮ ਉਹ ਨਦੀਮ ਅੱਜ ਉਹ ਮੇਰੀ ਗੱਲ ਸੁਣ ਕਿਹੜੀ ਗੱਲਾਂ ਵਾਰੀਆਂ ਲਾ ਰਿਹਾ ਯਾਰ ਯਾਰ ਨਦੀਮ ਨਾ ਕਰ ਵਾਰੀਆਂ ਲਾਉਂਦਾ ਪਿਆ ਮੈਂ ਸੌਦਾ ਵੇਚਣ ਵਾਲਾ ਬੰਦਾ ਮੈਂ ਜਿੰਨਾ ਤੁਸੀਂ ਖਾਪਦੇ ਹੋ ਨਾ ਗੱਲ ਨਾਲ ਹਕੀਕਤ ਜਿੰਨਾ ਸੌਦਾ ਤੁਸੀਂ ਉਹ ਵੱਡੇ ਤੇ ਲੈ ਰਹੇ ਟਾਈਮ ਮੈਂ ਇਹਨੇ ਦੇਰੇ ਪੰਜ ਡੰਗਰ ਵੇਚ ਦੇਣਾ ਤੇ ਕਿੱਥੇ ਵੇਚੇ ਸੁਣਿਆ ਬਹਿਸ ਕਰਕੇ ਦੇਣਾ ਵੀ ਸੁਨਤ ਵਿੱਚ ਬਰਕਤ ਤੇ ਬਰਕਤ ਆਪਾਂ ਨੇ ਕੋਈ ਗਾਲਾਂ ਥੋੜੀ ਕੱਢ ਕੇ ਦੇਣੀਆਂ ਨੇ ਤੇ ਫੇਰ ਹਾਂ ਹੁਣ ਇੱਕ 6,30,000 ਦਾ ਜਾਂ ਡੰਗਰ ਕੋਈ ਲੈ ਰਿਹਾ ਐਵੇਂ ਗੱਲ ਸੁਣੋ ਜਾਨਵਰ ਲੈ ਰਿਹਾ 6,30,000 ਦਾ ਲੈ ਰਿਹਾ ਉਹ ਅਗਰ ਕੋਈ 25 ਮਿੰਟ ਅੱਧਾ ਘੰਟਾ ਲਾ ਦੇਵੇ ਅਗਲੇ ਤੇ ਤਿੰਨ ਤਿੰਨ ਦਿਨ ਪਿੱਛੇ ਪੈ ਜਾਂਦੇ ਨੇ ਤੇ ਫੇਰ ਅਸੀਂ ਤੇ ਲੱਗੇ ਹੱਥ ਹੀ ਲੈ ਲਿਆ ਜਨਾਬ ਕਿਉਂ ਜਨਾਬ ਅਮਰ ਭਾਈ ਨੇ ਨਾ ਉਹਨਾਂ ਦੇ ਕੰਨਾਂ ਦੇ ਵਿੱਚ ਨਾ ਜਨਾਬ ਨਾ ਕਰੋ ਨਾ ਕਰੋ ਜੀ ਜਨਾਬ ਤਿੰਨ ਨੀ ਕਿਹਾ ਸੀ ਕੀ ਗੱਲ ਕਰ ਰਹੇ ਹੋ ਹੋਏ 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 ਜਨਾਬ ਯੇ ਦੇਖੇ ਭਾਈ ਕਿਆ ਹੋਏ 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 ਕਿਆ ਹੋ ਗਿਆ ਕਿਆ ਹੋ ਗਿਆ ਕੁਛ ਨੀ ਹੋਇਆ ਬਈ ਜ਼ਰਾ ਮੰਡੀ ਆ ਰਹੀ ਹੈ ਯਾਰ ਹੋਏ 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 ਹੋ ਹੋ ਯੇ ਤਾਂ ਤੂਫਾਨ ਹੈ ਜਨਾਬ ਤੂਫਾਨ ਹੈ ਤੂਫਾਨ ਹੈ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਜਨਾਬ ਮੇਕਅਪ ਹੋ ਗਿਆ ਮਾਰਾ ਮੇਕਅਪ ਹੋ ਗਿਆ ਪੂਰਾ ਮੇਕਅਪ ਪੂਰਾ ਮੇਕਅਪ ਹੋ ਗਿਆ ਜਨਾਬ ਸਾਰੇ ਲੋਕ ਅੰਦਰ ਕੁਛ ਲੈ ਗਏ ਹੈ ਔਰ ਯੇ ਦੇਖੇ ਬਾਹਰ ਕਾ ਮਾਹੌਲ ਦਿਖਾਏ ਹੈ ਆਪਕੋ ਯੇ ਦੇਖੇ ਜੀ ਯਾਰ ਨਦੀਮ ਭਾਈ ਦੱਸੋ ਫਿਰ ਤੂੰ ਆਪਣੀ ਆਖਰੀ ਆਵਾਜ਼ ਦੇ ਦੇ ਫਿਰ ਅਸੀਂ ਚੱਲੀਏ 4:30 ਦਾ ਨਹੀਂ ਯਾਰ 4:30 ਦਾ ਕਿੱਥੇ ਹੈ 3:40 ਠੀਕ ਹੈਗੇ ਨੇ ਮੇਰਾ ਭਰਾ 3:40 ਠੀਕ ਨੇ ਯਾਰ ਉਹ ਜਨਾਬ ਇਹ ਡੰਗਰ ਹੈਗਾ ਜਾਨਵਰ ਹੈਗਾ ਜੀ ਇਹ ਵੇਖੋ ਇਹ ਹੈਗਾ ਜਨਾਬ ਸੋਨਿਓ ਇਹ ਹੈਗਾ ਹੈਗਾ ਨਦੀਮ ਸਾਹਿਬ
ਮੈਂ ਮੇਰੀ ਗੱਲ ਸੁਣੋ, ਮੈਂ ਦੇਣ ਲੱਗਿਆ ਆਵਾਜ਼ ਆਖਰੀ, ਅਗਰ ਇਹਨੂੰ ਸਮਝ ਆਇਆ ਤੇ ਦੇ ਦੇਵੇ, ਨਹੀਂ ਆਇਆ ਤੇ ਦੇ, ਕੋਈ ਗੱਲ ਨਹੀਂ, ਫਰਕ ਮਟਾਓ ਮਟਾਓ ਫਟਾ ਫਟਾ ਯਾਰ, ਕਾ ਫਰਕ ਹੈ, ਫਰਕ ਹੈ ਬੜਾ ਲੰਮਾ ਪਿਆ, ਲਿਓ ਬਸ ਪੱਕੀਆਂ ਦੇ 3:30 ਕੇ ਦੇਣ ਹੈ ਤੇ ਬਸ, ਓਕੇ ਕਰ ਦਿਓ ਲੈ ਬਈ, ਹੁਣ ਤੁਹਾਡੀ ਮੌਜਾਂ ਨੇ ਕਰਕੇ 4:20 ਨਹੀਂ ਉਹ ਐਨੇ ਦੀ ਅੱਲਾ ਦੀ ਸਕੂਲ ਦੇ, ਫਿਰ ਬਸ ਇਹ ਹੀ ਗੱਲ ਹੈ, ਆ ਪੂਰਾ 4 ਨਹੀਂ 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 ਉਹਨੇ ਹੋਣਾ 4 ਨਹੀਂ ਹੋਣਾ ਇਹ 4, ਚਲੋ ਜੀ ਚਲੋ ਆ ਜਾਓ ਸੋਨੇ ਨਦੀਮ ਨਾ ਕਰ ਯਾਰ, ਮੇਰਾ ਭਰਾ ਜਾਨਵਰ 3:50 ਕਹਿ ਦੀਏ ਫਿਰ ਨਦੀਮ ਭਾਈ, ਫਿਰ ਨਾ ਹੀ ਸਮਝੀਏ ਫਿਰ ਆਈ ਏ, ਸਾਰਿਆਂ ਨੇ ਜਰਾਬ ਗੁਸਲ ਕਰ ਲਿਆ, ਚੱਲ ਯਾਰ ਕਰਦੇ ਯਾਰ ਸੋਨੇ ਨਦੀਮ ਭਾਈ ਯਾਰ ਯਾਰ ਹੋ ਗਿਆ ਯਾਰ, ਕਿੰਨੇ ਦੇ ਵਿੱਚ ਹੋ ਗਿਆ, ਪਹਿਲੇ ਕਿੰਨੇ ਗਏ ਸੀ, 60 ਸੀ ਨਾ, 70 ਹੋ ਗਏ, 9-70 ਦੇਣਾ ਸੀ, ਇੰਝ ਹੀ ਹੈ ਨਾ, 9-70 ਹਾਂ ਅਸੀਂ ਕਰ ਦਿਆਂਗੇ, ਹਾਂ 9-80 ਕਰ ਦਿਆਂਗੇ, ਹੋਰ ਦੱਸ ਇਹ ਦੋਨਾਂ ਦਾ, ਉਹ ਤੇ ਓਏ ਮਿਕਸ ਉਹ ਇਕੱਠੇ ਹੀ ਦੇਣੇ ਨੇ ਪੈਸੇ, ਓਏ ਅਸੀਂ ਪੈਸੇ ਇਕੱਠੇ ਦੇਣੇ ਨੇ, ਨਹੀਂ ਨਹੀਂ ਅਸੀਂ ਇਕੱਠੇ ਦੇਣੇ ਨੇ, ਨਹੀਂ ਅਸੀਂ ਇਕੱਠੇ ਪੈਸੇ ਦੇਣੇ ਨੇ, ਨਹੀਂ ਨਹੀਂ ਉਹ ਉਹ ਠੀਕ ਹੈ, ਚਲੋ ਜੀ ਚਲੋ ਜੀ, ਓਕੇ ਓਕੇ ਜੀ, ਓ ਨਦੀਮ ਸਾਹਿਬ ਬਸ ਇਹੀ ਗੱਲ ਹੈ, ਇਹ ਮੈਨੂੰ ਗੱਲ ਸਮਝ ਆ ਗਈ ਹੈ, ਜਿਹੜੀ ਹੁਣ ਗੱਲ ਬਣਨੀ ਹੈ ਨਾ ਉਹ ਮੈਨੂੰ ਸਮਝ ਆ ਗਈ ਹੈ ਇਹਨਾਂ ਦੀ, ਸਮਝੇ ਆਪ, 1M MILLL ਅਭੀ ਵੀ ਆਪ ਸਮਝ ਨਹੀਂ ਰਹੇ ਹੋ, ਸਮਝ ਗਏ, ਉਹ ਯਾਰ ਕੀ ਇੱਕ ਗੱਲ ਕਰ ਦਿਓ ਬੱਚਿਆਂ ਨੂੰ, ਉਹਦੇ ਵਿੱਚ ਪੱਕਾ ਹੋਣਾ ਚਾਹ ਰਿਹਾ,
ਕੌਣ ਆ ਜੀ? ਕੀ ਕੀ ਕਹਿੰਦੇ ਹੋ? ਤੇਰੀ ਜਿੱਦ ਤੋਂ ਮੈਂ ਪਤਾ ਨਹੀਂ ਜਿੱਦ ਤੋਂ ਮੇਰੀ ਜਿੱਦ ਦੀ 355 ਕਰ ਲਾ ਹੁਣ ਦਾ ਅਮਰ ਭਾਈ 355 ਦੀ ਕਰ ਲਿਆ ਐ ਤੇ ਫਿਰ ਤੁਸੀਂ ਮੇਰੀ ਗੱਲ ਤੋੜੀ ਹੈ ਨਾ ਤੁਸੀਂ ਉਹ 355 ਹੀ ਭਾਵੇਂ ਉਹਦਾ ਲੜਾਈ ਪੈ ਜਾਵੇ ਪੂਰੇ 4-10 ਦਾ ਸੀਨਾ 355 ਹੋਰ ਕੀ ਐਵੇਂ ਨੀ ਹੋ ਰਿਹਾ ਪੂਰਾ ਮੈਂ ਆਪਣਾ ਹਾਲ ਕਦੀ ਐਵੇਂ ਦਾ ਕੀਤਾ ਨੀ ਮਗਰ ਇਹ ਬੰਦਾ ਖਿਆਲ ਨੀ ਕਰ ਰਿਹਾ ਮਾਰਾ ਉਹ ਮੇਰੀ ਐ ਨਾ ਗੁਆਚ ਗਈ ਯਾਰ ਇੱਥੇ ਤੁਹਾਡੇ ਪਤਾ ਕਿੰਨੇ ਦੀ 5000 ਵੀ ਦੀਆਂ ਨਾ ਕੰਮ ਚੱਲਦਾ ਰਹਿੰਦਾ ਨਦੀਮ ਬਾਈ ਕਿਆ ਬਾਤ ਹੈ ਅੱਜ ਅੱਜ ਬਾਤ ਨੀ ਕਰ ਰਹੇ ਹੋ ਉਹ ਯਾਰ ਨਦੀਮ ਉਹ ਗੱਲ ਨੀ ਹੈਗੀ ਯਾਰ ਅੱਛਾ ਆਪਣਾ ਆਖਰੀ ਮੁੱਦੇ ਤੇ ਚੱਲ ਚੱਲ ਆਖਲੀ ਚਲੋ ਚਲੋ ਮੇਰੀ ਗੱਲ ਸੁਣੋ ਤੁਸੀਂ ਵੀ ਗੱਲ ਛੱਡ ਦਿਓ ਚੱਲ 60 ਦੇ ਵਿੱਚ ਓਕੇ ਕਰ ਉਹ ਯਾਰ ਨਦੀਮ ਛੱਡ ਦੇ ਯਾਰ ਤੈਨੂੰ 60 ਕਹਿਤਾ ਯਾਰ ਯਾਰ ਹੁਣ ਬੋਲਦੇ ਨੀ ਹੋ ਤੁਸੀਂ ਯਾਰ ਕੀ ਗੱਲ ਏ ਆਹੋ ਉਂਝ ਗੱਲਾਂ ਕਰਦੇ ਹੋ ਤੁਸੀਂ ਯਾਰ ਨਹੀਂ ਨਹੀਂ 360 ਬਸ ਠੀਕ ਏ ਓਕੇ ਹੋ ਗਿਆ ਭਾਜਾਨ ਓਕੇ ਹੋ ਗਿਆ ਪੈਸੇ ਦਿਓ ਜਨਾਬ ਇਹ ਘੱਟਾ ਮਿੱਟੀ ਦੇ ਵਿੱਚ ਨਾ ਬਣਾਓ ਇਹ ਘੱਟਾ ਮਿੱਟੀ ਹੈ ਸਾਰਾ ਹਾਂਜੀ ਉਹ ਜਨਾਬ ਉਹ ਜਨਾਬ ਮੇਰੀ ਗੱਲ ਸੁਣੋ ਉਹ ਵੀ ਲੈ ਲਿਆ ਇਹ ਵੀ ਲੈ ਲਿਆ ਹੋਰ ਵੀ ਕਿਤੋਂ ਲੈਣਾ ਸੀ ਪੈਸੇ ਦੇ ਮਾਲਕ ਰਾਜ ਜੀ ਦੇਖ ਜਾਣਾ ਦੇਖ ਜਾਣਾ ਅੱਛਾ ਜੀ ਯਾਰ ਮੇਰੀ ਗੱਲ ਸੁਣੋ ਤੁਸੀਂ ਪੈਸੇ ਦਿਓ ਤੁਸੀਂ ਕਿਉਂ ਗੱਲਾਂ ਕਰਦੇ ਹੋ ਪੈਸੇ ਲੈ ਲਾਂਗੇ ਮੈਂ ਤੁਹਾਨੂੰ ਅਸੀਂ ਨਹੀਂ ਕਰਨੀ ਗੱਲ ਉਹ ਪੈਸੇ ਹੀ ਨਹੀਂ ਹੈਗੇ ਉਹਨਾਂ ਕੋਲ ਪੈਸੇ ਨਹੀਂ ਹੈਗੇ ਵੇਖਿਆ ਮੈਂ ਉਹ ਕਿੱਧਰ ਨੇ ਜਨਾਬ ਕਿਆ ਕਹਾਤਾ ਮੈਨੇ ਇਹ 10 ਦੇ ਪਿੱਛੇ ਤੁਸੀਂ ਹੁਣ ਨਹੀਂ ਦੇ ਰਹੇ ਹੋ ਨਦੀਮ ਬਾਈ ਤੂੰ ਛੱਡ ਦੇ ਯਾਰ ਤੂੰ ਛੱਡ ਦੇ ਯਾਰ ਯਾਰ ਨਾ ਕਰ ਯਾਰ ਨਾ 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 ਬਸ ਨਦੀਮ ਤੂੰ ਉਹਨੂੰ ਕਹਿ ਨਾ ਯਾਰ ਨਦੀਮ ਬਾਈ ਨਾ ਕਰੋ ਯਾਰ
ਯਾਰ ਅਮਰ ਭਾਈ ਦੀ ਅੱਖਾਂ ਖੁੱਲਣ ਤੇ ਗੱਲ ਕਰੇ ਨਾ ਸਲੀਮ ਸਾਹਿਬ ਸਲੀਮ ਸਾਹਿਬ ਨਹੀਂ ਨਦੀਮ ਭਾਈ ਯਾਰ ਆਪਣਾ ਨਾ ਹੀ ਭੁੱਲ ਗਿਆ ਤੂੰ ਉਹ ਇੱਧਰ ਨਦੀਮ ਭਾਈ ਇੱਧਰ ਸਾਹਮਣੇ ਆਮਿਰ ਭਾਈ ਯਾਰ ਮੇਰੀ ਗੱਲ ਸੁਣ ਉਹ ਭਾਈ ਇੱਧਰ ਇੱਧਰ ਮੇਰੀ ਗੱਲ ਸੁਣੋ ਇੱਧਰ 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 ਪੈਸੇ ਫੜਾਓ ਇੱਧਰ ਡੀਲ ਕਰ ਰਹੇ ਹਾਂ ਅਸੀਂ ਅਸੀਂ ਇੱਧਰ ਕਰ ਰਹੇ ਹਾਂ ਸਾਡੀ ਡੀਲ ਇੱਧਰ ਹੋ ਰਹੀ ਹੈ 60 ਦੇ ਵਿੱਚ ਚੱਲ ਮੇਰੀ ਗੱਲ ਸੁਣ ਇੱਕ ਮਿੰਟ ਠਹਿਰ 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 ਇੱਧਰ ਦੇ ਇੱਧਰ ਮੇਰੀ ਗੱਲ ਸੁਣ ਇਹ ਪੈਸੇ ਫੜ ਇੱਧਰ ਪੈਸੇ ਫੜ ਇੱਧਰ ਪੈਸੇ ਫੜ ਇਹ ਪੈਸੇ ਫੜ ਇੱਕ ਮਿੰਟ ਇਹ ਪੈਸੇ ਫੜ ਯਾਰ ਫੜ ਤੇ ਸਹੀ ਨਾ ਪੈਸੇ ਯਾਰ ਗੱਲ ਮੁਕਾਨ ਲੱਗਿਆ ਮੈਂ ਹੁਣ ਨਹੀਂ ਉਹ ਗੱਲ ਮੁਕਾਨ ਲੱਗੇ ਹੈ ਸੋਨੇ ਯਾਰ ਸੁਣ ਕਰ ਲੈ ਤੂੰ ਅਜੇ ਵੀ ਤੂੰ ਨਾ ਕਰ ਦੇ ਫਿਰ ਯਾਰ ਇਹ ਯਾਰ ਨਦੀਮ ਯਾਰ ਕੀ ਬੰਦਾ ਯਾਰ ਜਾਣ ਕੇ ਨਾ ਜਿੱਦ ਇਹਨੇ ਇਹਨੇ ਜਿੱਦ ਹਾਂ ਅੱਛਾ ਇਹ ਪੈਸੇ ਫੜ ਅੱਛਾ ਇੱਧਰ ਅੱਛਾ ਇੱਧਰ ਹੈ ਬਿਸਮਿਲਲਾ ਜੀ ਬਿਲਕੁਲ ਚਾਰ ਲੱਖ ਉਹ ਸਾਲ ਹੈ ਹੈਲੋ ਹੈਲੋ ਮੇਰੀ ਗੱਲ ਸੁਣ ਪੈਣ ਦੇ ਵਿੱਚ ਨਾ ਪੈਣ ਦੇ ਵਿੱਚ ਉਹ ਚੱਲ ਯਾਰ ਬਸ ਕਰ ਐ ਹੁਣ ਨਾ ਮੈਂ ਗੱਲ ਨੀ ਛੱਡੀ ਛੱਡ ਦਿਓ ਬਸ ਬੈਠ ਗਿਆ ਤਾਈ ਪੰਜ ਨੀ ਦੇਣਾ ਪੰਜ ਨਹੀਂ ਦੇਣਾ ਪੰਜ ਨੀ ਦੇਣਾ ਓਏ ਪੰਜ ਨੀ ਦੇਣਾ ਪੰਜ ਨਹੀਂ ਦੇਣਾ ਪੰਜ ਨਹੀਂ ਦੇਣਾ ਉਹ ਨਹੀਂ ਦੇਣਾ ਉਹ ਨਹੀਂ ਦੇਣਾ ਪੰਜ ਨਹੀਂ ਦੇਣਾ ਨਹੀਂ ਦੇਣਾ ਅਸੀਂ ਦੇਣਾ ਹੀ ਨਹੀਂ ਹੈ ਨਹੀਂ ਦੇਣਾ ਤੂੰ ਜੋ ਮਰਜ਼ੀ ਕਰ ਜੋ ਮਰਜ਼ੀ ਕਰ ਓ ਨਹੀਂ ਯਾਰ ਨਹੀਂ 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 ਨਾ 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 ਪੰਜ ਨਹੀਂ ਦੇਣਾ ਅਸੀਂ ਅਸੀਂ ਪੰਜ ਨਹੀਂ ਦੇਣਾ ਯਾਰ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਯਾਰ ਉਹ ਕਿੱਥੇ ਮਾੜਾ ਤੋਬਾ ਤੋਬਾ ਅੱਲਾ ਖੈਰ ਕਰੇ ਤੂੰ ਮਾੜਾ ਤੇ ਫਿਰ ਅਸੀਂ ਕਿੱਥੇ ਜਾਵਾਂਗੇ ਚੱਲ ਹੋ ਗਈ ਲੈ ਜੀ ਆ ਮਾੜੀ ਬਾਤ ਹੋ ਗਈ ਹੈ ਉਹ ਬਸ ਕਰ ਯਾਰ ਉਹ ਬਸ ਕਰ ਇਹ ਪੈਸੇ ਅੱਛਾ ਇਹ ਪੈਸੇ ਸਾਨੂੰ ਦੇ ਦੇ ਇਹ ਫੜੋ ਪੈਸੇ ਇਹ ਤੇ ਰੱਖੋ ਨਾ ਇਹ ਤੇ ਉਂਝ ਦਿੱਤੇ ਸੀ ਅਸੀਂ ਇਹਨਾਂ ਨੂੰ ਹਾਂਜੀ ਲੜਨ ਦੇ ਪੰਜ ਨਹੀਂ ਹੈਗਾ ਪੰਜ ਨਹੀਂ ਹੈਗਾ ਨਹੀਂ 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 ਉਹ ਯਾਰ ਕੁਛ ਉਹ ਯਾਰ ਮੇਰਾ ਸਾਡੀ ਤਾਂ ਡੀਲ ਹੋ ਗਈ ਹੈ ਡੀਲ ਹੋ ਗਈ ਹੈ ਹੋ ਗਈ ਹੈ ਹੋ ਗਈ ਸਾਡੀ ਡੀਲ ਜਾਨ ਕੇ ਨਾ ਚਸਕੇ ਲੈ ਰਿਹਾ ਓ ਹਾਂ ਬਸ ਕਰ ਯਾਰ ਪਾਣੀ ਨੀ ਮੰਗਾਇਆ
ਯਾਰ ਜਿੰਨੇ ਘੱਟਾ ਮਿੱਟੀ ਖਾ ਲਿਆ ਤੇਰਾ ਕੰਮ ਹੈਗਾ ਪੰਜ ਓਥਰੇ ਲੈ ਕੇ ਆਣਾ ਬਹੁਤ ਘੱਟਾ ਮੱਟੀ ਹੈ ਬੇਟਾ ਜੀ ਪਕੜਨਾ ਬਿਸਮਿਲਾ ਅੱਛਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ 1 million ਦੀ ਗੱਲ ਹੋ ਰਹੀ ਹੈ ਇੱਥੇ ਮੈਨੂੰ ਪਤਾ ਇੱਥੇ 1 million ਦੀ ਗੱਲ ਹੋ ਰਹੀ ਹੈ ਪੂਰੀ ਪੂਰੀ ਗੱਲ ਹੋ ਰਹੀ ਹੈ ਮੇਰੀ ਗੱਲ ਸੁਣ ਲਾ ਮੇਰੀ ਗੱਲ ਸੁਣ ਲਾ ਬੋਰ ਦਾ ਲੋ ਜੀ ਨਦੀਮ ਸਾਹਿਬ ਮੁਬਾਰਕ ਹੋਏ ਤੁਹਾਨੂੰ ਕਿ ਜਨਾਬ ਅਲਹਮਦੁਲਿਲਾ 3 pound ਦਾ 80 ਜਾਨਵਰ ਲੈ ਲਿਆ ਔਰ ਇਹ ਹਾਲ ਦੇਖੇ ਤਰ੍ਹਾਂ ਇਹ ਮੇਕਅਪ ਕਰਵਾ ਲਈ ਹੈ ਹਾਜੀ ਜ਼ੁਲਫਕਾਰ ਬੱਚਾ ਸੇਲ ਪੁਆਇੰਟ ਪੇ ਮਾਸ਼ਾ ਅੱਲਾਹ ਜੀ ਇਹਨਾਂ ਨੇ ਜਨਾਬ ਹਮਾਰੀ ਬੀਟ ਵੀ ਕੀ ਹੈ ਮਗਰ ਟਾਈਮ ਵੀ ਹੈ ਮਜ਼ਾਕ ਆ ਰਿਹਾ ਆਹੋ ਆਹੋ ਮੈਨੂੰ ਵੀ ਪਤਾ ਹੈਗਾ ਹਾਂ ਹਾਂ ਮੈਨੂੰ ਵੀ ਪਤਾ ਹੈਗਾ ਇੱਧਰ ਬਾਜੀ ਲੈ ਜੀ ਇਹ ਹੋਈ ਹੈ ਡੀਲ ਇਹ ਇਸ ਕੀ ਕੀ ਹੈ ਹਮਨੇ ਇਹ ਠੀਕ ਹੈ ਜਿੰਦਾ ਰਿਹਾ ਜ਼ਿੰਦਗੀ ਦੇ ਵਿੱਚ ਫਿਰ ਇਨਸ਼ਾਅੱਲਾ ਆਏਗੇ ਇੱਥੇ ਜ਼ਰੂਰ ਫਿਰ ਮੈਂ ਵੀ ਦੱਸਦਾ ਲੈ ਬਈ ਇਹ ਮਾਸ਼ਾਅੱਲਾ ਸੇ ਜੋੜੀ ਲਈ ਹੈ ਜਨਾਬ ਹਾਂਜੀ ਕਰ ਲਓ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਪੈਸੇ ਦਿੱਤੇ ਨੇ ਜਨਾਬ ਇਹ ਦੇਖੇ ਜੀ ਵਾਹ ਜੀ ਵਾਹ ਕੀ ਬਾਤ ਹੈ ਇਹ ਜਨਾਬ ਮੁਬਾਰਕ ਹੋ ਨਦੀਮ ਸਾਹਿਬ ਕੀ ਬਾਤ ਹੈ ਜੀ ਚਲੇ ਜੀ ਦੇਰ ਆਏ ਦਰੁਸਤ ਆਏ ਮਿਹਨਤ ਕਾ ਫਲ ਮਿਲ ਗਿਆ ਹੈ ਜੀ ਉਹ ਹਮਾਰੇ ਸਲੀਮ ਸਾਹਿਬ ਕਹਾਂ ਗਏ ਹੈ ਆ ਗਏ ਹੈ ਚਲੇ ਜੀ ਆ ਗਏ ਯਾਰ ਆ ਕੇ ਖਿੱਚਣਾ ਨਦੀਮ ਸਾਹਿਬ ਥੋੜਾ ਅੱਗੇ ਖਿੱਚੋ ਤਰਾ 2-3 ਕਦਮ ਅੱਗੇ ਇਹ ਬਸ 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 ਠੀਕ ਹੈ ਇਹ ਦੋ ਲੀਏ ਜਵਾਨ ਥੋੜਾ ਪਿੱਛੋ ਆ ਇਹ ਦੇਖੇ ਜੀ ਓਕੇ ਹੋ ਗਿਆ ਜੀ ਮਾਸ਼ਾਅੱਲਾ ਠਹਿਰੋ ਇੱਥੇ ਹੀ ਰਹੋ ਮਾਸ਼ਾਅੱਲਾ ਮਾਸ਼ਾਅੱਲਾ